ਔਰ ਜੁਬਿਲਲਾਹਿ ਮਿਨੇ ਸ਼ੈਤਾਨ ਨਰਵਾਜਿਮ ਬਿਸਮਿਲਲਾਹਿ ਰਹਿਮਾਨIRਹੀਮ ਅਸਲਾਮੁਅਲੈਕਮ ਡੀਅਰ ਸਟੂਡੈਂਟ ਅੱਜ ਦੀ ਸਾਡੀ ਜਿਹੜੀ ਵੀਡੀਓ ਦਾ ਟਾਪਿਕ ਆ ਉਹ ਬੇਟਾ ਅੱਜ ਆਪਾਂ ਪੰਜਾਬੀ ਵਿੱਚ ਹਾਸ਼ਮ ਸ਼ਾਹ ਹੋਰਾਂ ਦਾ ਰੀਡੋਟ ਕਰਾਂਗੇ ਦਿਉੜਾ ਇਹਦੀ ਜਿਹੜੀ ਹੈ ਦਿਉੜੇ ਦੀ ਸਾਨ ਮਤਲਬ ਤੇ ਨਾਲ ਆਪਾਂ ਤਸ਼ਰੀਹ ਵੀ ਜੋ ਹੈ ਉਹ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਲੈਟਸ ਸਟਾਰਟ ਹੋਣ ਆਪਾਂ ਸ਼ੁਰੂ ਕਰਦੇ ਆਂ ਗਰਦਨ ਮਾਰ ਜਹਾਨੀ ਗੱਜ਼ਾਂ ਤੂ ਜੇ ਹੈ ਦਰਸ ਪਿਆਸਾ ਤਾਲਬ ਖਾਸਾ ਸਰਖੇੜ ਮਚਾਓ دیਵਾਨੇ ਤੇ ਥਾਲ ਇਸ਼ਕ ਦਾ ਪਾਸਾ ਵੇਖ ਤਮਾਸ਼ਾ ਲਾੜ ਗਮਾਂ ਨਾ ਕਰ ਤੂੰ ਮੋਲੂ ਜਾਨ ਨਾਲ ਬੇਗਰਜ਼ਾ ਵਾਸਾ ਜਾਨ ਦਾ ਹਾਸਾ ਦੁਨੀਆ ਵੈ ਨਦੀ ਦਾ ਹਾਸ਼ਮ ਉੱਤੇ ਤੂੰ ਹੈ ਵਿਚ ਪਤਾਸਾ ਪਲ ਛਲ ਵਾਸਾ ਪਲ ਛਲ ਵਾਸਾ ਸਾਨ ਮਤਲਬ ਜੇ ਤੂੰ ਰੱਬ ਤਾਲਾ ਦੇ دیدار ਦਾ ਖੁਸ਼ਮੰਦ ਹੈ ਤੇ ਫੇਰ ਦੁਨੀਆ ਦੀਆਂ ਗਰਜ਼ਾਂ ਨੂੰ ਖਤਮ ਕਰ ਦੇ ਇਸੇ ਤਰ੍ਹਾਂ ਜੇ ਤੂੰ ਇਸ਼ਕ ਦੀ ਖੇਡ ਖੇਡਣੀ ਹੈ ਤੇ ਸਰਦੜ ਦੀ ਬਾਜ਼ੀ ਲਾ ਦੇ ਜੇ ਤੇਰਾ ਬੇਗਰਜ਼ ਲੋਕਾਂ ਨਾਲ ਤਲਕ ਹੈ ਤੇ ਤੂੰ ਕਿਸੇ ਸ਼ੈ ਉਤੇ ਮਾਨ ਨਾ ਕਰ ਐਸ ਗੱਲ ਨੂੰ ਐਵੀ ਹਾਸਾ ਨਾ ਜਾਣ ਐ ਹਾਸ਼ਮ ਦੁਨੀਆ ਵਗਦੀ ਨਦੀ ਏ ਤੇ ਬੰਦਾ ਐਸ ਨਦੀ ਵਿੱਚ ਪਤਾਸੇ ਵਾਂਗੂ ਖੋਰ ਜਾਣ ਵਾਲਾ ਹੈ ਯਾਨੀ ਪਤਾਸਾ ਤੁਸੀਂ ਦੇਖਿਆ ਹੋਣਾ ਖੰਡ ਦਾ ਜਦੋਂ ਪਾਣੀ ਛੁੱਟੀਦਾ ਤੇ ਉਹ ਖੋਰ ਜਾਂਦਾ ਯਾਨੀ ਇਸ ਦਾ ਵਜੂਦ ਥੋੜੇ ਚਿਰ ਲਈ ਏ ਹਾਸ਼ਮ ਸਾਹ ਸੂਫੀ ਸ਼ਾਇਰ ਨੇ ਉਹਨਾਂ ਆਪਣੀ ਸ਼ਾਇਰੀ ਵਿੱਚ ਥਾਂ ਥਾਂ ਰੱਬੀ ਇਸ਼ਕ ਆਜ਼ਦੀ ਤੇ ਦੁਨੀਆਂ ਦੀ ਬੇਸਬਾਤੀ ਦੀ ਗੱਲ ਕੀਤੀ ਏ ਐਸ ਡਿਓਰ ਦਾ ਮوضوع ਵੀ ਏ ਉਹ ਏ ਉਹ ਆਖਦੇ ਨੇ ਕਿ ਐ ਬੰਦਿਆ ਜੇ ਤੂੰ ਰੱਬ ਤਾਲਾ ਦੇ ਦੀਦਾਰ ਦੀ ਤਾਂਗ ਰੱਖਣਾ ਏ ਤੇ ਫਿਰ ਦੁਨੀਆ ਦਾ ਲੋਭ ਲਾਲਚ ਤੇ ਦੁਨੀਆ ਦਾ ਮਕਾਮ ਮਰਤਬਾ ਛੱਡ ਕੇ ਸਿੱਧੇ ਰਾਹ ਤੇ ਲੱਗ ਜਾ ਕਿਉਂ ਜੇ ਜਿਹੜਾ ਸਕੂਨ ਅੱਲਾਹ ਤਾਲਾ ਨੂੰ ਯਾਦ ਕਰਦਿਆਂ ਮਿਲਦਾ ਏ ਉਹ ਦੁਨੀਆ ਦੇ ਕੰਮਾਂ ਵਿੱਚ ਪਾ ਕੇ ਨਹੀਂ ਮਿਲਦਾ ਦੂਸਰੇ ਮਸਰੇ ਵਿੱਚ ਹਾਸ਼ਮ ਸ਼ਾ ਇਸ਼ਕ ਹਕੀਕੀ ਇਖਤਿਆਰ ਕਰਨ ਦਾ ਦੱਸ ਦਿੰਦੇ ਨੇ ਉਹ ਆਖਦੇ ਨੇ ਕਿ ਰੱਬ ਤਾਲਾ ਨਾਲ ਇਸ਼ਕ ਕਮਾਉਣ ਦਾ ਆਪਣਾ ਹੀ ਮਜ਼ਾ ਏ ਇਸ਼ਕ ਦੀ ਐਸ ਖੇਡ ਵਿੱਚ ਸਰਦਰ ਦੀ ਬਾਜ਼ੀ ਲਾਉਣੀ ਪੈਂਦੀ ਏ ਜਦੋਂ ਹਕੀਕੀ ਤੌਰ ਉਤੇ ਇਨਸਾਨ ਇਸ਼ਕ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦਾ ਏ ਤੇ ਫਿਰ ਉਸ ਨੂੰ ਅਸਲ ਹਕੀਕਤ ਦਾ ਪਤਾ ਚੱਲਦਾ ਏ ਕਿ ਦੁਨੀਆਂ ਉਤੇ ਇਨਸਾਨ ਦੀ ਹਿਆਤੀ ਆਰਜ਼ੀ ਏ ਉਹ ਕੁਝ ਦਿਨਾਂ ਲਈ ਇਸ ਦੁਨੀਆ ਉੱਤੇ ਆਇਆ ਏ ਦੁਨੀਆ ਦੀ ਹਕੀਕਤ ਤੇ ਸਿਰਫ ਇੱਕ ਖੇਡ ਤਮਾਸ਼ਾ ਏ ਤੇ ਦੁਨੀਆ ਤੇ ਇਨਸਾਨ ਦੀ ਹਿਆਤੀ ਇੱਕ ਖੇਡ ਤਮਾਸ਼ਾ ਏ ਤੋਂ ਵੱਧ ਕੇ ਕੋਈ ਨਹੀਂ ਏ ਤੀਜੇ ਮਿਸਰੇ 'ਚ ਸ਼ਾਇਰ ਆਖਦਾ ਏ ਕਿ ਇਹ ਬੰਦਿਆ ਆਪਣੇ ਦਿਲ ਵਿੱਚੋਂ تکبر ਤੇ غرور ਕੱਢ ਦੇ ਤੇ ਕਿਸੇ ਸ਼ੈ ਉੱਤੇ ਫਖਰ ਤੇ ਮਾਣ ਨਾ ਕਰ ਸਗੋ ਬੇਗਰਜ਼ ਲੋਕਾਂ ਵਾਂਗੂ ਹਯਾਤੀ ਗੁਜ਼ਾਰ ਜੇ ਗਰਜ਼ ਰੱਖਣੀ ਹੋਵੇ ਤਾਂ ਸਿਰਫ ਰੱਬ ਦੀ ਤਾਲਾ ਨਾ ਰੱਖ ਬੇਗਰਜ਼ ਹੋ ਕੇ ਜੀਵਨ ਗੁਜ਼ਾਰਨਾ ਇੱਕ ਮੁਸ਼ਕਲ ਕੰਮ ਹੈ ਐਸ ਨੂੰ ਮਾਮੂਲੀ ਗੱਲ ਨਾ ਜਾਣ ਦੂਜੇ ਲਫ਼ਜ਼ਾਂ ਵਿੱਚ ਐਸ ਦਾ ਮਤਲਬ ਹੈ ਕਿ ਬੰਦਾ ਹੈ ਕਿ ਇਹ ਜੀਵਨ ਰੱਬ ਦੀ ਨਿਮਤ ਹੈ ਤੇ ਐਸ ਨੂੰ ਬੇਮਕਸਦ ਤੇ ਲਾਪਰਵਾਹ ਨਹੀਂ ਗੁਜ਼ਾਰਨਾ ਚਾਹੀਦਾ ਆਖਰੀ ਮਿਸਰੇ ਵਿੱਚ ਹਾਸ਼ਮ ਸ਼ਾਹ ਇਸ ਦੁਨੀਆ ਨੂੰ ਇਕ ਵਗਦੀ ਨਦੀ ਨਾਲ ਤੁਸ਼ਬੀਹਾ ਦਿੰਦੇ ਨੇ ਇਨਸਾਨ ਨੂੰ ਇੱਕ ਪਤਾਸਾ ਅਕਰਾਰ ਦਿੰਦੇ ਨੇ ਜਿਹੜਾ ਪਾਣੀ ਵਿੱਚ ਬੜੀ ਛੇਤੀ ਖੁਰ ਜਾਂਦਾ ਏ ਇਸ ਲਈ ਇਨਸਾਨਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਏ ਕਿ ਉਹਦੀ ਹਿਆਤੀ ਪਤਾਸੇ ਵਾਂਗੂ ਨਾ ਪਾਇਦਾਰ ਏ ਦੁਨੀਆਵੀ ਬੇਸਬਾਤੀ ਦਾ ਮوضوع ਸੂਫੀਆਨਾ ਸ਼ਾਇਰੀ ਦੀ ਰਵਾਇਤ ਦਾ ਹਿੱਸਾ ਰਿਹਾ ਏ ਤੇ ਵਾਰਿਸ਼ਾ ਵਸਾ ਕੀ ਜ਼ਿੰਦਗੀ ਦਾ ਸਾਡੀ ਉਮਰ ਹੈ ਨਕਸ਼ ਪਤਾਸਿਆਂ ਦੇ ਇਹ ਤੇ ਸੀ ਬੇਟਾ ਅੱਜ ਦਿਓੜ ਆਪਾਂ ਪੜਿਆ ਤੇ ਨਾਲ ਉਹਦੀ ਸਾਨ ਮਤਲਬ ਤੇ تشریح ਕੀਤੀ ਜਿਹਨੂੰ ਰਾਈਟ ਕੀਤਾ ਹੈ ਆਪਣਾ ਹਾਸ਼ਮ ਸਾਹਿਬਾ ਨੇ ਤੇ ਉਮੀਦ ਕਰਦਾ ਕਿ ਤੁਹਾਨੂੰ ਇਹਦੀ ਸਮਝ ਲੱਗੀ ਹੋਵੇਗੀ ਤੇ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਫੀਮਾਨ ਅੱਲਮ ਅਸਲਾਮ ਵਾਲੇਕਮ